ਗੱਲ ਹੁਣ ਇੱਥੇ ਜ਼ਿਆਦਾ ਵੱਧ ਗਈ ਆ, ਗੋਰਾ ਢੋਲੀ ਵੀ ਆ ਗਿਆ, ਫੋਨ ਵੀ ਆ ਰਹੇ ਨੇ ਤੜਾ ਤੜ, ਬਦਤਮੀਜ਼ ਵੀ ਆਇਆ ਹੋਇਆ, ਚਿੜੀ ਮੂੰਹ ਵੀ ਆਈ ਹੋਈ ਹੈ। ਪਰਮਿੰਦਰ ਜੀ ਤੁਹਾਡਾ ਬਣਦਾ ਵੀ ਆ, ਅਸੀਂ ਵੀ ਚਾਹੁੰਦੇ ਸਾਨੂੰ ਕੋਈ ਵੈਲਕਮ ਬੈਕ ਕਰੇ, ਉਦਾਂ ਤੇ ਸਾਨੂੰ ਦੇਖ ਕੇ ਲੋਕ ਗੇਟ ਬੰਦ ਕਰ ਲੈਂਦੇ। ਅੱਛਾ ਇਹ ਕਹਿੰਦੇ ਗਾ ਕੇ ਕਰੋ, ਮੈਂ ਢੋਲ ਵਜਾ ਦਿੰਦਾ ਨਾਲ ਨਾਲ, ਆ ਕਹਿ ਰਿਹਾ ਬਿਜਲੀ ਨੀ ਗਈ ਨਾ, ਮੈਂ ਤੁਹਾਨੂੰ ਵਾਧਾ ਕਰਨਾ ਚਾਹੁੰਦਾ ਗੱਲ ਚ, ਖੁਸ਼ੀ ਦੀ ਵੀ ਗੱਲ ਆ। ਇੱਕ ਬੰਦਾ ਨਾ ਆਪਣਾ ਸਾਡੇ ਅੰਕਲ ਜੀ ਆ, ਉਹ 1949 ਦੇ ਇੱਥੇ ਰਹਿੰਦੇ ਆ, ਤੇ ਉਹ ਗੱਲਾਂ ਇੱਦਾਂ ਹੋ ਰਹੀਆਂ ਸੀ ਕਿ ਬਿਜਲੀ ਨੀ ਇੱਥੇ ਜਾਂਦੀ, ਤੇ ਉਹ ਕਹਿੰਦਾ ਜਦੋਂ ਦਾ ਮੈਂ ਆਇਆ ਮੈਂ ਵੀ ਕਰੀ ਸੀ ਬਿਜਲੀ ਗਈ ਦੇਖੀ ਕਹਿੰਦਾ। ਅੱਛਾ ਜੀ। ਹਾਂ, 69 ਈਅਰ ਹੋ ਗਿਆ ਕਹਿੰਦਾ ਬਿਜਲੀ ਜਾਂਦੀ ਮੈਂ ਵੀ ਨੀ ਦੇਖੀ। ਵਾਹ ਜੀ ਵਾਹ, ਇਹ ਠੀਕ ਆ। ਮੇਰਾ ਜਿਸ ਵੇਲੇ ਸਵੇਰੇ ਇਨਵਰਟਰ ਦਾ ਪਾਣੀ ਖਤਮ ਹੋਇਆ ਕਿਉਂਕਿ ਜ਼ਿਆਦਾ ਚਲਦੀ ਪਈ ਸੀ ਨਾ, ਇਨਵਰਟਰ ਵੀ ਬੰਦ ਹੋ ਗਏ। ਚਲੋ ਜੀ, ਅੱਛੀ ਗੱਲ ਆ। ਪਰ ਦੇਖੋ, ਜੇ ਕਹਿੰਦੇ ਜੀ ਬਿਜਲੀ ਨਹੀਂ ਜਾਂਦੀ, ਉਸ ਬਿਜਲੀ ਦੀ ਫਿਰ ਵਰਤੋਂ ਕਿਸ ਤਰੀਕੇ ਨਾਲ ਹੁੰਦੀ ਆ, ਇਹ ਅਹਿਮ ਗੱਲ ਆ। ਵਧੀਆ ਚੀਜ਼ ਆ, ਹਾਂਜੀ। ਤੇ ਇੱਕ ਜਿਉਣੇ ਦੀ ਜਿਉਣੇ ਵਾਸਤੇ ਨਾ ਮੈਂ ਥੋੜੀ ਨੌਲੇਜ ਵਿੱਚ ਇਹਦੀ ਵਾਧਾ ਕਰਨਾ ਚਾਹੁੰਦਾ। ਹਾਂਜੀ ਹਾਂਜੀ। ਤੇ ਇਹ ਕੱਲ ਕਹਿੰਦਾ ਸੀ ਗਰਮੀ ਦੀ ਗੱਲ ਸੀ, ਤਾਂ ਕਹਿੰਦਾ ਸਾਰੀ ਆਲ ਵਰਲਡ ਵਿੱਚ ਕਹਿੰਦਾ ਗਰਮੀ ਆ। ਹਾਂ, ਉਹ ਆਲ ਵਰਲਡ ਚ ਨਹੀਂ ਗਰਮੀ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਆ। ਲਓ, ਇਹ ਨੀ ਨਾ ਇਹਨੂੰ ਪਤਾ, ਜਿਹੜੇ ਬੰਦੇ ਨੇ ਜਾਣਾ ਹੀ ਕਰਨਾਲ ਤੋਂ ਅੱਗੇ ਨਾ ਹੋਵੇ ਤੇ ਉਹਨੂੰ ਨਿਊਜ਼ੀਲੈਂਡ ਦਾ ਕਿੱਥੋਂ ਪਤਾ ਲੱਗਣਾ, ਇਹ ਮੈਨੂੰ ਸਿਰਫ ਕਾਰਨ ਦੱਸ ਦਿਓ। ਕਿੱਥੇ ਕੋਟ ਤੇ ਲਿਖਿਆ ਦਾਨ ਪੁੰਨ ਕੀ ਨਗਰੀ, ਇਹ ਵੀ ਪੜਿਆ ਡੁੰਮ ਡੁੰਮ ਲੱਕ ਲੱਕ ਡੁੰਮ ਡੁੰਮ ਲੱਕ ਲੱਕ। ਹਾਂਜੀ ਹਾਂਜੀ ਹਾਂਜੀ। ਅੱਛਾ, ਇੱਕ ਵਾਰ ਮੈਂ ਤੁਹਾਨੂੰ ਜੋਕ ਸੁਣਾਉਣਾ ਇੱਕ ਛੋਟਾ ਜਿਹਾ। ਅੱਛਾ ਅੱਛਾ, ਮੈਂ ਤਾਂ ਦੋ ਵਾਰੀ ਨੌਲੇਜ ਚ ਵਾਧਾ ਕਰਦਾ, ਹੁਣ ਜੋਕ ਤੇ ਆ ਗਈ ਗੱਲ। ਹਾਂ, ਇੱਕ ਜੋਕ ਵੀ ਸੁਣਾ ਦੇ ਜੋ ਮੈਨੂੰ ਤਾਂ ਗਾਣੇ ਦੇ ਮੁਕਰੀ ਹੈ ਗੱਲ ਜਾ ਕੇ। ਅੱਛਾ ਜੀ, ਇਹ ਨਾ ਕੋਈ ਆਪਣਾ ਭਾਈ ਬੰਦ ਅਮਰੀਕਾ ਗਿਆ, ਤੇ ਉਹਦੇ ਰਿਸ਼ਤੇਦਾਰ ਉਹਨੂੰ ਇੱਦਾਂ ਜਗ੍ਹਾ ਦਿਖਾਉਂਦੇ ਸੀ, ਹੋਰ ਸਾਰੀਆਂ ਜਗ੍ਹਾ ਦਿਖਾਈਆਂ, ਤੇ ਇੱਕ ਨਾਸਾ ਦਾ ਸੈਂਟਰ ਆ ਨਿਊਯਾਰਕ ਚ, ਉੱਥੇ ਵੀ ਲੈ ਗਿਆ ਉਹਨੂੰ। ਉਹਦੇ ਬਾਅਦ ਦੇਖਿਆ ਆ, ਉਹਨਾਂ ਨੇ ਲਿਖ ਦਿੰਦਾ, ਜਦੋਂ ਲਿਖਦੀ ਆ ਕਹਿੰਦੇ ਅਸੀਂ ਕੀ ਨਾ ਅਸੀਂ $47 billion ਖਰਚੇ ਆ ਸਪੇਸ ਵਿੱਚ, ਗ੍ਰਹਿਾਂ ਨੂੰ ਜਿਹੜੇ ਉੱਪਰ ਗ੍ਰਹਿ ਘੁੰਮਦੇ ਆ ਉਹਨਾਂ ਦਾ ਖਿਆਲ ਰੱਖਣ ਲਈ, ਹਨਾ। ਤੇ ਉਹ ਕਹਿੰਦਾ ਬਾਕੀ ਸਾਰੀਆਂ ਗੱਲਾਂ ਤੁਸੀਂ ਠੀਕ ਕਰਦੇ ਆ, ਆਹ ਤਾਂ ਕਹਿੰਦਾ ਤੁਸੀਂ ਘਾਟੇ ਹੋ ਸਕਦੇ ਆ। ਹੈਂ, ਉਹ ਕਹਿੰਦਾ ਕਹਦੇ ਯਾਰ ਇਹ ਕੀ ਗੱਲ, ਕਹਿੰਦਾ ਸਾਡੇ ਦਾ ਤੇ ਜਿਹੜੇ ਮਰਜ਼ੀ ਪੰਡਿਤ ਨੂੰ ਨਾ $150 ਦਿਓ, ਤਾਂ ਜਿਹੜਾ ਮਰਜ਼ੀ ਗ੍ਰਹਿ ਨੂੰ ਕਾਬੂ ਕਰ ਲਓ। ਹਾਂ ਸਹੀ ਹੈ, ਜਿੱਧਰ ਮਰਜ਼ੀ ਆ ਆ ਸ਼ਨੀ ਫੜ ਲਿਆ ਜੀ ਮੈਂ, ਆ ਬ੍ਰਹਸਪਤੀ ਨਹੀਂ ਜਾਣ ਦਿੰਦਾ, ਆ ਪਰਸੋਂ ਪਹੁੰਚੇਗਾ। ਅੱਛਾ, ਐਸੀ ਟਾਈਮਿੰਗ ਦੱਸਦੇ ਆ ਕਈ ਤਾਂ ਕਿ ਜਿੱਦਾਂ ਗ੍ਰਹਿਾਂ ਨੇ ਆਪ ਨਹੀਂ ਦੱਸਣ ਤੱਕ ਭਾਈ ਮੈਂ 10 ਵਜੇ ਨਿਕਲਣਾ ਇੱਥੋਂ ਦੀ। ਕਹਿੰਦਾ $150 ਦੀ ਕੰਮ ਕਹਿੰਦਾ ਬੰਦ ਕੇ ਰੱਖ ਦਿੰਦੇ ਫੜ ਕੇ। ਅਰੇ ਇਹਨੇ ਬਿੱਲੀ ਪੈਸੇ ਖਰਚ। ਔਰ ਜਨਾਬ, ਸਾਡੇ ਵੀ ਇੱਧਰ ਆਇਆ ਸੀ ਇੱਕ, ਖਲੋ ਜਾ, ਆਏ ਗੱਲ ਨਹੀਂ ਤੋਰੀ ਦੀ ਹੁੰਦੀ ਕੋਈ। ਸਾਡੇ ਵੀ ਆਇਆ ਸੀ ਜੀ ਇੱਕ, ਆਹੀ ਗ੍ਰਹਿ ਦੱਸਣ ਵਾਲਾ, ਕਹਿੰਦਾ ਕੱਲ ਨੂੰ ਤੇਰੇ ਤੇ ਛਣੂ ਭਾਰੂਆ। ਹਾਂ, ਤੇ ਉਹਨੂੰ ਫੜ ਲਿਆ ਫਿਰ ਕਿਸੇ ਨੇ, ਕਹਿੰਦੇ ਹੁਣ ਦੱਸ ਆਪਦਾ ਗ੍ਰਹਿ, ਦੱਸ ਤੇਰੇ ਤੇ ਕੀ ਭਾਰੂਆ। ਪਹਿਲੀ ਗੱਲ ਤਾਂ ਉਹਨੇ ਜਦੋਂ ਤੈਨੂੰ ਗ੍ਰਹਿ ਦੱਸਿਆ ਸੀ, ਉਹ ਤੂੰ ਕਹਿਣਾ ਸੀ ਇਹਦੇ ਨਾਂ ਦਾ ਗ੍ਰਹਿ ਹੀ ਨਹੀਂ, ਛਣੂ ਕਿਹੜਾ ਗ੍ਰਹਿ ਹੈ। ਅੱਛਾ, ਮੰਗੂ ਹੋਊਗਾ ਕੋਈ, ਓਏ ਇਹ ਗ੍ਰਹਿ ਨਹੀਂ ਹੈ, ਤੇਰੇ ਤਾਏ ਦੇ ਮੁੰਡਿਆਂ ਦੇ ਨਾਂ ਹੈ ਛਣੂ ਤੇ ਮੰਗੂ। ਸਰ ਜਦੇ ਮੱਲੇ 'ਚ ਵੜਦੇ ਨੇ ਇਹਨੂੰ ਸਾਰੇ ਕਹਿੰਦੇ ਆ ਗਿਆ ਗ੍ਰਹਿ, ਇਹਨੂੰ ਆਪ ਨੂੰ ਵੀ ਗ੍ਰਹਿ ਕਹਿੰਦੇ ਨੇ। ਤੇਰੀ ਉਂਗਲ ਨੂੰ ਬਹੁਤ ਬਖਸ਼ਿਆ ਮੈਨੂੰ ਪਤਾ, ਇਹਨੂੰ ਕਦੀ ਨੱਕ ਚ ਲੈ ਕੇ ਵੀ ਰਾਤ ਸੋ, ਇਹਨੂੰ ਅਕਲ ਆਵੇ ਉਹਦੇ ਨਾਲ ਕੀ ਹੁੰਦਾ ਦੱਸਾਂਗਾ। ਹੈਲੋ, ਅੱਛਾ ਆਦਤ ਹੀ ਪਾਤੀ ਮੈਨੂੰ। ਹਾਂ ਓਏ, ਹੁਣ ਦੱਸ। ਡੁੰਮ ਡੁੰਮ ਲੱਕ 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 ਲੱਕ, ਢੋਲ ਚੋਰੀ ਹੋਇਆ ਜੀ, ਲੱਕ ਹੀ ਪਾੜਾਂਗੇ ਤੇਰਾ, ਰੁਕ ਜਾ ਇੱਕ ਮਿੰਟ। ਇੱਕ ਪਹਿਲਾਂ ਇੱਥੇ ਸਾਡੇ ਦਰਸ਼ਕਾਂ ਨੇ ਇੰਨੀ ਦੇਰ ਦਾ ਕਿਹਾ ਕਿ ਗਾਣਾ ਸੁਣਾ, ਪਹਿਲਾਂ ਕੋਈ ਗਾਣਾ ਸੁਣਾ, ਪਰ ਪਤਾ ਦੇਖਦੇ ਤੇਰਾ ਢੋਲ ਵੀ ਲੱਭ ਲੈਣੇ। ਲਓ ਜੀ, ਥੋੜੇ ਪਾਸੇ ਚੱਕ ਦੇ ਢੋਲੀਆ, ਹੈ ਮੈਂ ਕਿ ਚੱਕ ਦੇ ਢੋਲੀਆ, ਚੱਲ ਹੋ ਜਾ ਸ਼ੁਰੂ। ਹੋ ਜਿਹੜੀ ਆਈ ਸੀ ਪਸੰਦ ਉਹ ਗਈ ਸੀ ਲੁਧਿਆਣੇ। ਅੱਛਾ, ਉਹ ਮੈਨੂੰ ਪਤਾ ਲੱਗਾ ਉਹਦੇ 3-4 ਨੇ ਨਿਆਣੇ, ਉਹ ਜਦੋਂ ਗਲੀ ਵਿੱਚ ਉਹਦੀ ਮੈਂ ਲੰਘਦਾ ਤੇ ਉਹ ਮੈਨੂੰ ਰਹਿੰਦੇ ਤੱਕਦੇ,
ਨਾਲੇ ਮਾਮਾ ਮਾਮਾ ਕਹਿੰਦੇ ਨਾਲੇ ਮੱਥਾ ਟੇਕਦੇ ਨਾਲੇ ਮਾਮਾ ਮਾਮਾ ਕਹਿੰਦੇ ਨਾਲੇ ਮੱਥਾ ਟੇਕਦੇ ਡੁੰਮ ਡੁੰਮ ਲੱਕ ਲੱਕ ਡੁੰਮ ਡੁੰਮ ਲੱਕ ਲੱਕ ਡੁੰਮ ਡੁੱਕ ਕਰੇ ਡੁੰਮ ਡੁੰਮ ਲੱਕ ਲੱਕ ਡੁੰਮ ਲੱਕ ਲੱਕ ਮੈਂ ਵੀ ਢੋਲ ਦੇ ਉੱਪਰਲੇ ਛੱਲੇ ਵਰਗਾ ਮੂੰਹ ਆ ਜਿਹੜਾ ਉਹ ਰੱਸੀ ਦੇ ਨਾਲ ਹੁੰਦਾ ਜਨਾਬ ਗੁੱਸਾ ਨਾ ਕਰੋ ਛੋਟੇ ਛੈਣੇ ਵਰਗਾ ਇਹਦਾ ਮੂੰਹ ਆ ਸ਼ੁਕਰ ਹੈ ਮੈਨੂੰ ਨਹੀਂ ਕਿਹਾ ਮੈਂ ਕਰ ਜਣਾ ਗੁੱਸਾ ਨਹੀਂ ਤੁਸੀਂ ਇੱਦਾਂ ਹਾਰਮੋਨੀਅਮ ਵੀ ਵਜਾ ਸਕਦੇ ਹੋ ਕਿੱਦਾਂ ਇੱਦਾਂ ਹੀ ਮਤਲਬ ਜਿੱਦਾਂ ਤੁਸੀਂ ਡੁੰਮ ਡੁੰਮ ਲੱਕ ਲੱਕ ਕਰ ਰਹੇ ਹੋ ਦੱਸੋ ਹਾਂਜੀ ਵਜਾ ਲੈਂਦੇ ਆ ਕੋਸ਼ਿਸ਼ ਕਰੋ ਤੇ ਜਰਾ ਇੱਦਾਂ ਹੋ ਗਈ ਨਾ ਨਾਕਾਮਯਾਬ ਚਿੜੀ ਡਿੱਗ ਪਈ ਹੈਲੋ ਚਿੜੀ ਉੱਡਦੀ ਦੇਖੀ ਹੋਣੀ ਆ ਬੈਠੀ ਦੇਖੀ ਹੋਣੀ ਡਿੱਗਦੀ ਨੀ ਕਦੀ ਦੇਖੀ ਹੋਣੀ ਇਹ ਰੱਬ ਨੇ ਮੈਨੂੰ ਹੀ ਸੁਭਾਗ ਬਖਸ਼ਿਆ ਕਿ ਮੈਨੂੰ ਹੀ ਦੇਖੀ ਡਿੱਗਦੀ ਹੋਈ ਹਾਂ ਉਹ ਬੈਠੀ ਬੈਠੀ ਦੀ ਤਾਰ ਤੇ ਅੱਖ ਲੱਗ ਗਈ ਸੀ ਨਾ ਡਿੱਗ ਪਈ ਨਾਲ ਹੀ ਉਹ ਲੱਗੀ ਵਾਲੇ ਤਾਂ ਕਦੇ ਨੀ ਅੱਖ ਲਾਉਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਡੁੰਮ ਡੁੰਮ ਲੱਗ ਜਦੋਂ ਮੈਂ ਤੈਨੂੰ ਕੁੱਟਿਆ ਨਾ ਤੇਰੀ ਲੱਤ ਨਹੀਂ ਥੱਲੇ ਲੱਗਣੀ ਇੰਜ ਇੰਜ ਤੁਰਨਾ ਤੂੰ ਇੰਜ ਇੰਜ ਅੱਖ ਲੱਗ ਗਈ ਤੇਰੀ ਹਾਂਜੀ ਹਾਂਜੀ ਸਰ ਹੁਣ ਦੱਸੋ ਜੀ ਬਸ ਹੋਰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਉਹਨੇ ਕਿੱਦਾਂ ਵੀ ਵੀਰੇ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਬਸ ਵਧੀਆ ਵਧੀਆ ਮੈਂ ਤਾਂ ਜੀ ਨਾਲੇ ਮੈਂ ਕਿਹਾ ਸਾਰਿਆਂ ਨੂੰ ਵਧਾਈਆਂ ਦੇ ਦਈਏ ਕਿ ਅੱਜ ਯੂਕੇ ਦੇ ਵਿੱਚ ਫੈਸਲਾ ਕੀਤਾ ਯੂਕੇ ਗਵਰਨਮੈਂਟ ਨੇ ਆਪਾਂ ਨੂੰ ਵੱਖਰਾ ਦਰਜਾ ਦੇ ਦਿੱਤਾ ਸਿੱਖ ਕੌਮ ਨੂੰ ਅੱਛਾ ਜੀ ਵਾਹ ਜੀ ਵਾਹ ਮੁਬਾਰਕਾਂ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੈਂ ਵੀ ਪੜ੍ਹ ਰਿਹਾ ਸੀ ਅੱਜ ਵੈਸੇ ਬਹੁਤ ਵੱਡੀ ਗੱਲ ਹੈ ਸਰ ਜੀ ਐਕਚੁਅਲ 'ਚ ਮੈਨੂੰ ਇਹ ਕਿ ਇੱਥੇ ਜਨਸੰਖਿਆ ਵੀ ਆਪਣੇ ਸਿੱਖਾਂ ਦੀ ਬਹੁਤ ਹੈ ਨਾ ਹਾਂਜੀ 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 ਕਾਫੀ ਕਾਫੀ ਉਹਦੇ ਲਈ ਵੀ ਮੈਨੂੰ ਸੁਣਨ 'ਚ ਆਇਆ ਕਿ ਇੱਕ ਇੰਨੇ ਜਿਹੜੀ ਜਿਹੜੇ ਲੋਕ ਨੇ ਇੰਨੇ ਜਿਹੜੀ ਸਿੱਖ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਵੱਖਰਾ ਦਰਜਾ ਦਿੱਤਾ ਗਿਆ ਕਿਆ ਬਾਤ ਆ ਸੀ ਇਹ ਬੜੇ ਮਾਣ ਵਾਲੀ ਗੱਲ ਆ ਜੀ ਪਰਾਏ ਮੁਲਕ 'ਚ ਜਾ ਕੇ ਆਪਣਾ ਝੰਡਾ ਗੱਡਣਾ ਔਰ ਆਪਣੀ ਪਛਾਣ ਬਣਾਉਣੀ ਬਸ ਬਸ ਕਿਉਂਕਿ ਫ੍ਰੀ ਹੋ ਸਕਦੇ ਆਪਾਂ ਨੂੰ ਹੁਣ ਆਪਣੇ ਕਕਾਰ ਹੋਏ ਜਿੱਦਾਂ ਚੀਜ਼ਾਂ ਆਪਣੀਆਂ ਸਾਰੀਆਂ ਆਪਾਂ ਨੂੰ ਹੁਣ ਮਿਲ ਸਕਦੀਆਂ ਚੀਜ਼ਾਂ ਉਹ ਵਾਹ ਜੀ ਕੰਮਾਂ ਤੇ ਅੱਗੇ ਪਾ ਨਹੀਂ ਸਕਦੇ ਸੀ ਵਾਹ ਜੀ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਹਾਂ ਪਹਿਲੇ ਇਹਦਾ ਬਹੁਤ ਰਿਹਾ ਨਾ ਜੀ ਕਾਫੀ ਚਿਰ ਰਿਹਾ ਇਹ ਕੰਟਰੋਵਰਸੀ 'ਚ ਚੀਜ਼ ਕੀ ਚੀਜ਼ਾਂ ਜਿਹੜੀਆਂ ਜਿਹੜੀਆਂ ਮਤਲਬ ਕੌਮ ਵੱਲੋਂ ਜਿਹੜੀਆਂ ਬਾਬਿਆਂ ਨੇ ਜਿਹੜੀਆਂ ਬਖਸ਼ੀਆਂ ਹੋਈਆਂ ਉਹ ਚੀਜ਼ਾਂ ਦਾ ਉਹਨਾਂ ਨੂੰ ਐਂ ਲੱਗਦਾ ਸੀ ਕਿ ਪਤਾ ਨਹੀਂ ਕੀ ਚੀਜ਼ ਪਾਈ ਹੋਈ ਹੈ ਹਥਿਆਰ ਹੈ ਸ਼ਾਇਦ ਬਹੁਤ ਕੰਟਰੋਵਰਸੀ ਰਹੀ ਹੈ ਮੈਂ ਪੜ੍ਹਦਾ ਰਿਹਾ ਉਹਨਾਂ ਟਾਈਮ ਦੇ ਉੱਤੇ ਮੈਨੂੰ ਯਾਦ ਆ ਹਾਂਜੀ 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 ਬਹੁਤ ਰਹੀ ਆ ਤੇ ਅੱਜ ਬਹੁਤ ਵਧੀਆ ਹੋਇਆ ਤੇ ਜੇ ਕਹੋ ਤਾਂ ਦੋ ਟੱਪੇ ਸੁਣਾਈਏ ਤਾਂ ਜੀ ਜ਼ਰੂਰ ਸੁਣਾਓ ਜੀ ਸਰ ਦੋ ਦੀ ਜਗ੍ਹਾ ਜੇ ਇੱਕ ਸੁਣਾ ਦਿਓ ਤਾਂ ਮੈਂ ਕਹਿੰਦਾ ਗੱਲ ਬਣ ਜੇ ਕਿਉਂਕਿ 5-6 ਕਾਲਸ ਨੇ ਜਿਹੜੀਆਂ ਉਹ ਲਾਈਨ ਤੇ ਨੇ ਜਰਾ ਪਰ ਸਰ ਇੱਕ ਸ਼ਰਤ ਆ ਹਾਂ ਪਰ ਸੁਣਾਇਓ ਟੱਪ ਟੱਪ ਕੇ ਉਹਨਾਂ ਨੂੰ ਕੋਈ ਹਾਂ ਮੈਂ ਕਿਹਾ ਇਦਾਂ ਹੀ ਸੁਣਾਵਾਂਗੇ ਅੱਛਾ ਸੌਰੀ ਸੌਰੀ ਠੀਕ ਹੈ ਜੀ ਢੋਲ ਬੰਦ ਹੋ ਜਾਦੀ ਗੋਰਿਆਂ ਸਿੰਘ ਕਰਤਾਰ ਨੂੰ ਕੀਤਾ ਪੇਸ਼ ਆਖਰੀ ਵਾਰ ਕਹਿੰਦੇ ਤੌਣ ਤੇਰੀ ਤੇ ਮੌਤ ਦੀ ਲਟਕ ਰਹੀ ਤਲਵਾਰ ਤੇਰੀ ਤੱਕ ਜਵਾਨੀ ਰੰਗਲੀ ਤੇਰੀ ਤੱਕ ਜਵਾਨੀ ਰੰਗਲੀ ਸਾਨੂੰ ਤਰਸ ਰਿਹਾ ਹਯਾ ਜਦੋਂ ਹਰਫ ਮਾਫੀ ਦੇ ਲਿਖਦੇ ਉਹ ਜਦੋਂ ਹਰਫ ਮਾਫੀ ਦੇ ਲਿਖਦੇ ਚਾਰ
ਸ਼ੁਕਰੀਆ ਬਸ ਇੱਦਾਂ ਕਾਲ ਕਰਦੇ ਰਹਿਣਾ ਸ਼ੋਅ ਦੇ ਨਾਲ ਜੁੜੇ ਰਹਿਣਾ ਪਿਆਰ ਕਰਦੇ ਰਹਿਣਾ ਤੇ ਆਪਾਂ ਮਿਲਦੇ ਰਹਾਂਗੇ ਜੀ ਇੱਦਾਂ ਹੀ।